ਮੈਂ ਇੱਥੋਂ ਜਲੰਧਰ ਕੈਂਟ ਤੋਂ ਬਿਲੋਂਗ ਕਰਦਾ ਅਤੇ ਮੈਨੂੰ 5 ਸਾਲ ਪਹਿਲਾਂ PN ਸਾਇੰਸ ਦੀ ਪ੍ਰੋਬਲਮ ਹੋ ਗਈ ਸੀਗੀ। ਮੈਂ ਅੱਗੇ ਥੋੜ੍ਹਾ ਦੇਖਦਾ ਇੰਟਰਨੈਟ 'ਤੇ, ਫਿਰ ਮੈਨੂੰ ਜਿੱਦਾਂ ਸਟਾਰ ਹੋਸਪਿਟਲ ਬਾਰੇ ਪਤਾ ਲੱਗਿਆ ਅਤੇ ਮੈਂ ਇੱਥੇ ਵਿਜ਼ਿਟ ਕੀਤਾ। ਅਤੇ ਅੱਗੇ ਫਿਰ ਉਹਦੇ ਨਾਲ ਇੱਕ ਹਫ਼ਤੇ ਬਾਅਦ ਅਸੀਂ ਲੇਜ਼ਰ ਨਾਲ ਓਪਰੇਟ ਕਰਵਾਇਆ ਅਤੇ ਮਹੀਨੇ ਦੇ ਵਿੱਚ ਰਿਕਵਰੀ ਹੋ ਗਈ ਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਇੱਥੋਂ ਜਲੰਧਰ ਕੈਂਟ ਤੋਂ ਬਿਲੋਂਗ ਕਰਦਾ ਅਤੇ ਮੈਨੂੰ 5 ਸਾਲ ਪਹਿਲਾਂ PN ਸਾਇੰਸ ਦੀ ਪ੍ਰੋਬਲਮ ਹੋ ਗਈ ਸੀਗੀ ਅਤੇ ਕਾਫ਼ੀ ਮੈਂ ਡਾਕਟਰਾਂ ਦੇ ਕੋਲ ਗਿਆ ਅਤੇ ਪਹਿਲਾਂ ਦਵਾਈ ਵੀ ਖਾਧੀ, ਕਈਆਂ ਨੇ ਕਿਹਾ ਦਵਾਈ ਨਾਲ ਠੀਕ ਹੋ ਜਾਊਗਾ ਅਤੇ ਕਈਆਂ ਨੇ ਓਪਰੇਟ ਦੀ ਸਲਾਹ ਦਿੱਤੀ। ਅਤੇ ਉਸ ਤੋਂ ਬਾਅਦ ਜਿੱਦਾਂ ਨਹੀਂ ਆਰਾਮ ਆਇਆ ਮੈਨੂੰ, ਕਿਤੇ ਜਦੋਂ ਓਪਰੇਟ ਕਰਵਾਉਣ ਮੈਂ ਗਿਆ ਅਤੇ ਉਹਦਾ ਟਾਈਮ ਪੀਰੀਅਡ ਬਹੁਤ ਦੱਸਦੇ ਸੀਗੇ ਅਤੇ ਥੋੜ੍ਹਾ ਡਰ ਵੀ ਲੱਗਦਾ ਸੀਗਾ, 5-6 ਮਹੀਨੇ ਰਿਕਵਰੀ ਟਾਈਮ ਦੱਸਦੇ ਸੀ। ਅਤੇ ਮੈਂ ਅੱਗੇ ਥੋੜ੍ਹਾ ਦੇਖਦਾ ਇੰਟਰਨੈਟ 'ਤੇ, ਫਿਰ ਮੈਨੂੰ ਜਿੱਦਾਂ ਸਟਾਰ ਹੋਸਪਿਟਲ ਬਾਰੇ ਪਤਾ ਲੱਗਿਆ ਅਤੇ ਮੈਂ ਇੱਥੇ ਵਿਜ਼ਿਟ ਕੀਤਾ। ਮੈਂ ਜੁਲਾਈ ਮੰਥ ਆਇਆ ਸੀ ਲਾਸਟ ਜੇ ਇੱਥੇ ਅਤੇ ਉੱਥੋਂ ਡਾਕਟਰ ਸਾਹਿਬ ਨਾਲ ਮਿਲੇ ਅਤੇ ਗੱਲਬਾਤ ਕੀਤੀ ਨੇਚਰ ਬਹੁਤ ਜਿਹੇ ਡਾਕਟਰ ਸਾਹਿਬ ਦਾ, ਜਸਮੀਤ ਸਿੰਘ ਆਲੂਵਾਲੀਆ ਜੀ। ਅਤੇ ਉਹਨਾਂ ਨੇ ਫਿਰ ਸਲਾਹ ਦਿੱਤੀ, ਕਹਿੰਦੇ ਇਹਦਾ ਲੇਜ਼ਰ ਨਾਲ ਕਰਵਾ ਲਓ ਸਭ ਤੋਂ ਬੈਸਟ ਆ। ਅਤੇ ਅੱਗੇ ਫਿਰ ਉਹਦੇ ਨਾਲ ਇੱਕ ਹਫ਼ਤੇ ਬਾਅਦ ਅਸੀਂ ਲੇਜ਼ਰ ਨਾਲ ਓਪਰੇਟ ਕਰਵਾਇਆ ਅਤੇ ਮਹੀਨੇ ਦੇ ਵਿੱਚ ਰਿਕਵਰੀ ਹੋ ਗਈ ਸੀ। ਹੁਣ ਕੋਈ ਪ੍ਰੋਬਲਮ ਨਹੀਂ ਹੈਗੀ, ਬਿਲਕੁਲ ਠੀਕ ਹੈ ਜੀ। ਚਲੋ ਆਪਾਂ ਕਹਿੰਦੇ ਕਿਸੇ ਨੂੰ ਪ੍ਰੋਬਲਮ ਹੋਵੇ ਨਾ, ਪਰ ਜੇ ਵੀ ਕਿਸੇ ਨੂੰ ਹੈਗੀ ਆ ਤਾਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰੋ, ਡਾਕਟਰ ਸਾਹਿਬ ਨਾਲ ਮਿਲੋ। ਸਟਾਫ ਬਹੁਤ ਵਧੀਆ ਹੈ ਇੱਥੇ, ਸਭ ਬਹੁਤ ਵਧੀਆ ਦੇਖਭਾਲ ਕਰਦੇ ਆ ਸਟਾਫ ਜਿਹੜੇ ਹੈਗੇ ਇੱਥੇ ਦੇ, ਅਤੇ ਡਾਕਟਰ ਸਾਹਿਬ ਵੀ ਬਹੁਤ ਵਧੀਆ ਨੇ। ਠੀਕ ਹੈ, ਥੈਂਕ ਯੂ।